ਸਮੋਕਿੰਗ ਤੇ ਸ਼ਰਾਬ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਜੀ ਹਾਂ, ਜੇਕਰ ਤੁਸੀਂ ਸਮੋਕਿੰਗ ਤੇ ਸ਼ਰਾਬ ਪੀਂਦੇ ਹੋ ਤਾਂ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਸਾਵਧਾਨ ਰਹੋ, ਇਹ ਤੁਹਾਡੇ ਬੀਪੀ ਨੂੰ ਵੀ ਵਧਾ ਸਕਦੀ ਹੈ। ਜੇ ਸਮੋਕਿੰਗ ਤੇ ਸ਼ਰਾਬ ਪੀਣਾ ਸਭ ਤੋਂ ਭੈੜੀਆਂ ਆਦਤਾਂ ਦੇ ਵਿੱਚ ਇੱਕੋ ਹੈ ਤਾਂ ਇਹ ਦੋਵੇਂ ਖਤਰਨਾਕ ਪੱਧਰ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਜੀ ਹਾਂ, ਜੇਕਰ ਸਮੇਂ ਸਿਰ ਇਹਨਾਂ ਨੂੰ ਤੋਂ ਦੂਰੀ ਨਾ ਬਣਾਈ ਗਈ ਤਾਂ ਇਹ ਘਾਤਕ ਹੋ ਸਕਦੀਆਂ ਨੇ। ਸ਼੍ਰੀ ਸਿਹਤ ਮਾਹਿਰਾਂ ਮੁਤਾਬਕ ਸਿਗਰਟ ਪੀਣ ਨਾਲ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਹੋ ਸਕਦੀ ਹੈ, ਇਸ ਦਾ ਦਿਲ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜੀ ਹਾਂ, ਜਦੋਂ ਕਿ ਸ਼ਰਾਬ ਹੀ ਇਸ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੀ ਆ। ਸਿਗਰਟ ਸ਼ਰਾਬ ਨੂੰ ਲੈ ਕੇ ਬੈਲੈਂਸ ਬਣਾ ਕੇ ਰੱਖਣਾ ਚੰਗੀ ਸਿਹਤ ਲਈ ਕੁੰਜੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਨਿਊਟ੍ਰੀਸ਼ਨਲਿਸਟ ਅੰਜਲੀ ਮੁਖਰਜੀ ਦੇ ਸੁਝਾਅ ਕੀ ਨੇ। ਜੀ ਹਾਂ, ਕੌਫੀ, ਤੰਬਾਕੂ ਅਤੇ ਸ਼ਰਾਬ ਵਰਗੀਆਂ ਖਤਰਨਾਕ ਚੀਜ਼ਾਂ ਤੋਂ ਸਰੀਰ ਨੂੰ ਦੂਰ ਰੱਖੋ। ਇਹਨਾਂ ਦੀ ਵਰਤੋਂ ਕਰਕੇ ਤੁਸੀਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹੋ ਅਤੇ ਦੱਸਿਆ ਜਾਂਦਾ ਹੈ ਕਿ ਸਿਗਰਟ ਪੀਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਘੱਟ ਸਮੇਂ ਵਿੱਚ ਵੱਧ ਸਕਦੀ ਹੈ। ਸਿਗਰਟ ਪੀਣਾ ਦਿਲ ਦੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਇਸ ਕਾਰਨ ਦਿਲ ਦੇ ਦੌਰੇ ਦਾ ਵੀ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਸ਼ਰਾਬ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਜਾਂ ਜਿੰਨਾ ਸੰਭਵ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਇਹ ਤੁਹਾਨੂੰ ਹਾਈ ਬੀਪੀ ਦਾ ਮਰੀਜ਼ ਬਣਾ ਦਿੰਦਾ ਹੈ ਅਤੇ ਇਸ ਨੂੰ ਕਾਫੀ ਵਧਣ ਦਾ ਕਾਰਨ ਵੀ ਬਣਾ ਸਕਦਾ। ਸਿਹਤ ਮਾਹਿਰਾਂ ਅਨੁਸਾਰ ਦਬਾਅ ਜਾਂ ਤਣਾਅ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਹਾਈ ਬੀਪੀ ਦੇ ਸ਼ਿਕਾਰ ਹੁੰਦੇ ਨੇ। ਤਣਾਅ ਕਾਰਨ ਉਹਨਾਂ ਦੇ ਸ਼ਰਾਬ ਦੇ ਨੇੜੇ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ ਅਤੇ ਇਸ ਕਰਕੇ ਇਹ ਤੁਹਾਡੇ ਸਰੀਰ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਦਿੰਦੇ ਨੇ।